आज संगरूर के नानकियाना साहिब गुरुघर में ग्रंथी साहिबों की बैठक हुई, जिसमें ग्रंथी सिंहों ने कहा कि एक ग्रंथी सिंह का वेतन 5 से 7 हजार रुपए होता है, जिनकी ड्यूटी 24 घंटे उपस्थित रहने की होती है, जो कि बहुत कम वेतन है, जिसके कारण एक ग्रंथी सिंह के लिए अपने परिवार का भरण पोषण करना बहुत मुश्किल हो जाता है। और यदि वह अपने बच्चे की शादी करना चाहता है तो वह ऐसा करना भी असमर्थ है। और आज भी वह किसी भी धर्म या पंडित मौलवी या पादरी की गलियों में जा रहा है, शायद पूछते हुए नहीं देखा होगा, लेकिन हमारे गुरु घर के ग्रंथी सिंह लोगों के घरों में जाकर दाल बनाते हैं और हमें कहा जाता है कि आपको इस दाल से लंगर बनाना है। और ग्रंथी सिंह अब और क्या कुछ नहीं कर सकता, और कई ग्रंथी सिंहों को बिना कारण बताए नौकरी से निकाल दिया जाता है। दूसरे जो ग्रंथी सिंह होते हैं वे कम वेतन पर भी काम करने को तैयार हो जाते हैं। इसलिए आज सभी ने निर्णय लिया कि ग्रंथी सिंह को पहले जितना वेतन मिलेगा उससे अधिक लिया जाएगा, उससे कम नहीं। उन्होंने ग्रंथी सिंहों से एकजुट होने की अपील करते हुए कहा कि ग्रंथी सिंह का वेतन 12 हजार से ऊपर होना चाहिए। संगरूर से गुरविंदर सिंह की रिपोर्ट। जयदार वर्मा सिंह जनाल, ਸੋ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਆਪਾਂ ਇਕੱਠਾ ਸਾਰੇ ਵੀਰ ਪਹਿਲਾਂ ਗੱਜ ਵੱਜ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਦਰਾਓ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਕੱਠੇ ਹੋਏ ਹੋਗੇ ਅੱਜ ਆਪਣਾ ਉਰੇ ਨਨਕਾਣਾ ਸਾਹਿਬ ਗੁਰਦੁਆਰਾ ਘਰ ਵਿੱਚ, ਕੀ ਕਾਰਨ ਹੈ ਅੱਜ ਦਾ ਜਿਹੜਾ ਇਕੱਠ ਹੈ ਸਾਡਾ? ਉਹ ਗ੍ਰੰਥੀ ਸਿੰਘਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇਗੀਆਂ, ਜਿਵੇਂ ਕਿ ਉਹਨਾਂ ਦਾ ਹਰ ਰੋਜ਼ ਗੁਰਦੁਆਰਿਆਂ 'ਚ ਇੱਕ ਰੌਲਾ ਚੱਲਦਾ ਭੇਟਾਵਾਂ ਦਾ, ਕਿ ਉਹਨਾਂ ਦੀ ਭੇਟਾਵਾਂ ਘੱਟ ਨੇ ਜਾਂ ਤਨਖਾਹਾਂ ਘੱਟ ਨੇਗੀਆਂ, ਉਹਦੇ ਬਾਬਤ ਰੋਜ਼ ਰੌਲਾ ਪੈਂਦਾ। ਅਸੀਂ ਗੱਲ ਚਾਹੁੰਦੇ ਹਾਂ ਵੀ ਜਿਹੜੇ ਮਸਲੇ ਰੋਜ਼ ਪਿੰਡਾਂ 'ਚ ਚੱਲਦੇ ਆ, ਇਹ ਮਸਲਾ ਕਿਉਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਉਹ ਆਪਣੇ ਥਰੂ ਆਪਣੇ ਅੰਡਰ ਲੈ ਕੇ ਮਸਲੇ ਨੂੰ ਕਿਉਂ ਨਾ ਹੱਲ ਕਰ ਦੇਣ ਉਹ? ਅਤੇ ਜਥੇਦਾਰ ਸਾਹਿਬ ਨੂੰ ਸਾਡੀ ਬੇਨਤੀ ਵੀ ਹੈ ਕਿ ਇਹਨਾਂ ਜਿਹੜਾ ਭਟਾਵਾਂ ਦੇ ਮਸਲੇ ਰੋਜ਼ ਪਿੰਡਾਂ 'ਚ ਚੱਲਦੇ, ਜਲੂਸ ਨਿਕਲਦਾ ਕਮੇਟੀਆਂ ਦਾ ਪ੍ਰਬੰਧਕਾਂ ਦਾ, ਉਹ ਆਪਣੇ ਹੱਥ ਲੈ ਕੇ ਇਹਨਾਂ ਮਸਲਿਆਂ ਨੂੰ ਸਾਰਿਆਂ ਨੂੰ ਹੱਲ ਕਰਨ, ਇਸ ਵਾਸਤੇ ਇਕੱਠੇ ਹੋਏ ਹਾਂ। ਜੇ ਦੂਸਰਾ ਮਸਲਾ ਇਹ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ 30-30 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ, ਜਿਨ੍ਹਾਂ ਨੂੰ ਕੋਈ ਪੈਰੋਲ ਨਹੀਂ, ਇੱਕ ਵੀ ਰਿਹਾਈ ਨਹੀਂ ਉਹਨਾਂ ਅੱਜ ਤੱਕ। ਉਦੋਂ ਬਾਅਦ ਇੱਕ ਬਲਾਤਕਾਰੀ ਅਤੇ ਕੁਕਰਮੀ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ।